ਉਹ ਟ੍ਰੇਸ ਕੀਤਾ ਸਾਡੀ ਟੀਮ ਨੇ ਤੇ ਉਹਦੇ ਜਿਹੜੀ ਗੱਲ ਸਾਹਮਣੇ ਆਈ ਨਿਕਲ ਕੇ ਕਾਫੀ ਐਂਗਲਸ ਤੇ ਅਸੀਂ ਕੰਮ ਕਰ ਰਹੇ ਸੀਗੇ ਕਿਉਂਕਿ ਘਰ ਦੇ ਅੰਦਰ ਕਤਲ ਹੋਇਆ ਉਹਨਾਂ ਦੇ ਬੇੜੇ ਦੇ ਵਿੱਚ ਕਤਲ ਹੋਇਆ ਤੇ ਉਸ ਟਾਈਮ ਜਿਹੜੇ ਉਹਨਾਂ ਦੇ ਵਰਕਰ ਸੀਗੇ ਦੋ ਉਹ ਹਾਜ਼ਰ ਸੀਗੇ ਤੇ ਉਸ ਤੋਂ ਇਲਾਵਾ ਹਸਬੈਂਡ ਬਾਹਰ ਗਏ ਸੀਗੇ ਬੇਟਾ ਵੀ ਉਹਨਾਂ ਦਾ ਬਾਹਰ ਸੀਗਾ ਮਲਟੀਪਲ ਐਂਗਲਸ ਤੇ ਸਾਡੀ ਟੀਮ ਨੇ ਕੰਮ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਨਿਕਲ ਕੇ ਆਈ ਕਿ ਉਹਨਾਂ ਦਾ ਜਿਹੜਾ ਇੱਕ ਸਰਵੈਂਟ ਸੀਗਾ ਜਿਹੜਾ ਕੰਮ ਕਰਦਾ ਸੀਗਾ ਇਹ ਕਿ ਪਰਿਵਾਰ ਦੇ ਦੋ ਬੰਦੇ ਉਹਨਾਂ ਦੇ ਘਰ 'ਚ ਕੰਮ ਕਰਦੇ ਹੈਗੇ ਬੜਾ ਬੇਟਾ ਤੇ ਛੋਟਾ ਬੇਟਾ ਤੇ ਉਹ ਜਿਹੜਾ ਛੋਟਾ ਨਿਤੀਸ਼ ਕੁਮਾਰ ਜਿਹੜਾ ਸੀਗਾ ਜਿਹਦੀ ਉਮਰ ਲਗਭਗ 20 ਸਾਲ ਸੀ ਉਹ ਜਿਹੜਾ ਹੈਗਾ ਉਹਨੇ ਮਰਡਰ ਕੀਤਾ ਆਹ ਚੀਜ਼ ਸਾਹਮਣੇ ਆਈ ਜਿਹਦੇ ਵਿੱਚ ਗੱਲ ਨੂੰ ਡਿਟੇਲ 'ਚ ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਆਹ ਜਿਹੜਾ ਨਿਤੀਸ਼ ਕੁਮਾਰ ਹੈਗਾ ਜਿਹਦੀ ਉਮਰ ਲਗਭਗ 20 ਸਾਲ ਹੈਗੀ ਆਹ ਆਪਣੇ ਘਰ ਦੀ ਜਿਹੜੀ ਮਾਲਕਿਨ ਹੈਗੀ ਉੱਤੇ ਮਾੜੀ ਨਿਗਾਹ ਰੱਖਦਾ ਸੀਗਾ ਅਤੇ ਪਹਿਲਾਂ ਵੀ ਇੱਕ ਅੱਧੀ ਵਾਰ ਘਰ 'ਚ ਇਸ ਤਰੀਕੇ ਦੀ ਚੀਜ਼ ਸਾਹਮਣੇ ਆਈ ਜਿਹੜੇ ਡਿਸੀਜ਼ਡ ਹੈਗੇ ਉਹਨਾਂ ਦੇ ਹਸਬੈਂਡ ਦੇ ਧਿਆਨ 'ਚ ਆਈ ਅਤੇ ਉਹਨਾਂ ਨੇ ਇਹਨੂੰ ਦਬਕਾ ਦੁਬਕਾ ਮਾਰਿਆ ਸੀਗਾ ਪਹਿਲਾਂ ਅਤੇ ਹੁਣ ਜਦੋਂ ਆਹ ਬਾਹਰ ਮਾਰਕੀਟ ਜਾ ਕੇ ਵਾਪਸ ਘਰੇ ਆਇਆ ਅਤੇ ਘਰੇ ਮਾਲਕਿਨ ਅਕੇਲੀ ਸੀਗੀ ਅਤੇ ਇਹਨੇ ਥੋੜ੍ਹੀ ਜਿਹੀ ਬਦਤਮੀਜੀ ਕੀਤੀ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨੇ ਅੱਗੋਂ ਜਿਹੜਾ ਹੈਗਾ ਇਹਦੇ ਨਾਲ ਮਤਲਬ ਇਹਨੂੰ ਦਬਕਾ ਮਾਰਿਆ ਅਤੇ ਇਹਦੇ ਨਾਲ ਮਤਲਬ ਚਪੇੜ ਚਪੇੜ ਕੋਈ ਮਾਰੀ ਅਤੇ ਆਹ ਐਗਰੈਸਿਵ ਹੋ ਕੇ ਇਹਨੇ ਜਿਹੜਾ ਹੈਗਾ ਫਰਦਰ ਕਿ ਵੀ ਮੈਂ ਐਕਸਪੋਜ਼ ਹੋ ਜਾਊਂਗਾ ਜਾਂ ਮਤਲਬ ਮੈਨੂੰ ਕਿਸੇ ਤਰੀਕੇ ਦਾ ਨੁਕਸਾਨ ਹੋਏਗਾ ਇਹਨੇ ਸਾਹਮਣੇ ਤੋਂ ਉਹ ਇਹ ਕੁਲਾੜੀ ਨਾਲ ਜਿਹੜਾ ਉਹ ਨੇੜੇ ਪਈ ਸੀਗੀ ਉਹਦੇ ਨਾਲ ਦੋ ਵਾਰ ਕਰਕੇ ਉਹਦੀ ਹੱਤਿਆ ਕੀਤੀ ਉਸ ਤੋਂ ਬਾਅਦ ਅੱਗੇ ਫਰਦਰ ਇਹਨੇ ਇਸ ਤਰੀਕੇ ਦੀ ਇੱਕ ਕਹਾਣੀ ਰਚਣ ਦੀ ਕੋਸ਼ਿਸ਼ ਕੀਤੀ ਕਿ ਵੀ ਜਿੱਦਾਂ ਘਰ 'ਚ ਕੋਈ ਚੋਰੀ ਜਾਂ ਮਤਲਬ ਇਸ ਤਰੀਕੇ ਨਾਲ ਕੋਈ ਇੰਸੀਡੈਂਟ ਹੋਇਆ ਹੋਵੇ ਅਤੇ ਇਹਨੇ ਇੱਕ ਰਾਈਫਲ ਜਿਹੜੀ ਘਰ ਦੇ ਅੰਦਰ ਪਈ ਸੀਗੀ ਉਹ ਚੱਕ ਕੇ ਪਿੱਛੇ ਤੂੜੀ ਵਾਲੇ ਕਮਰੇ 'ਚ ਪਾਤੀ ਨਾਲ ਜਿਹੜਾ ਹੈਗਾ ਕੁਛ ਸਮਾਨ ਜਿਹੜਾ ਘਰ ਦਾ ਸੀਗਾ ਉਹਨੂੰ ਬਿਖੇਰਤਾ ਸੋ ਦੈਟ ਇੱਦਾਂ ਲੱਗੇ ਕਿ ਵੀ ਉਹ ਚੋਰੀ ਦਾ ਵਾਰਦਾਤ ਹੈਗੀ ਨਾਲ ਲੇਡੀ ਦਾ ਮੋਬਾਈਲ ਵੀ ਜਿਹੜਾ ਹੈਗਾ ਉਹ ਆਪਣੇ ਕੋਲ ਰੱਖ ਲਿਆ ਇਹਨੇ ਅਤੇ ਕੁਲਾੜੀ ਵੀ ਇਹਨੇ 'ਚ ਪਾਤੀ ਸੀਗੀ ਉੱਥੋਂ ਅਤੇ ਫਿਰ ਜਦੋਂ ਉਹ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਵਿਹੜੇ 'ਚ ਬੈਠ ਗਿਆ ਅਤੇ ਪੰਜ ਚਾਰ ਮਿੰਟ ਬਾਅਦ ਜਦੋਂ ਇਹਦਾ ਬੜਾ ਬ੍ਰਦਰ ਪਹੁੰਚਦਾ ਹੈਗਾ ਉੱਥੇ ਅਤੇ ਉਹਦੇ ਪਹੁੰਚਣ 'ਤੇ ਸਾਰੀ ਇਹਨੇ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਵੀ ਮੈਂ ਆਇਆ ਹੈਗਾ ਜਸਟ ਅਤੇ ਆਹ ਬੀਬੀ ਦਾ ਮਰਡਰ ਹੋ ਗਿਆ ਅਤੇ ਉਸ ਤੋਂ ਬਾਅਦ ਇਹਨਾਂ ਨੇ ਇਹਦੇ ਬੜੇ ਬ੍ਰਦਰ ਨੇ ਫੋਨ ਕੀਤਾ ਆਪਣੇ ਮਾਲਕ ਨੂੰ ਕਿ ਵੀ ਇਸ ਤਰੀਕੇ ਨਾਲ ਅਸੀਂ ਘਰ ਪਹੁੰਚੇ ਹੈਗੇ ਅਤੇ ਬੀਬੀ ਦਾ ਮਰਡਰ ਹੋਇਆ ਵਾ ਹੈਗਾ ਅਤੇ ਕਿਸੇ ਨੇ ਉਹਦੀ ਹੱਤਿਆ ਕਰਤੀ ਅਤੇ ਫਿਰ ਫਰਦਰ ਚਲੋ ਜਦੋਂ ਸਾਡੀ ਟੀਮ ਨੂੰ ਪਤਾ ਲੱਗਿਆ ਅਸੀਂ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਅਤੇ ਕਾਫੀ ਡਿਟੇਲਡ ਇਨਵੈਸਟੀਗੇਸ਼ਨ ਸਾਡੀ ਟੀਮ ਨੇ ਕਿਉਂਕਿ ਕਾਫੀ ਮਤਲਬ ਗੁੰਝਲਦਾਰ ਕੇਸ ਸੀਗਾ ਕਿ ਕਿਹਦਾ ਰੋਲ ਇਹ 'ਚ ਹੋ ਸਕਦਾ ਹੈਗਾ ਜਿਹੜੇ ਦੋਨੋਂ ਵਰਕਰ ਸੀਗੇ ਉਹ ਵੀ ਪਰਿਵਾਰ ਦੇ ਕਾਫੀ ਭਰੋਸੇਮੰਦ ਸੀਗੇ ਅਤੇ ਡਿਫਰੈਂਟ ਡਿਫਰੈਂਟ ਐਂਗਲਸ 'ਤੇ ਕੰਮ ਕਰਦੇ ਹੋਏ ਸਾਡੇ ਸੀ ਆਈ ਇੰਚਾਰਜ ਨੇ ਐਸ ਐਚ ਓ ਭਵਾਨੀਗੜ੍ਹ ਨੇ ਡੀ ਐਸ ਪੀ ਭਵਾਨੀਗੜ੍ਹ ਦੀ ਨਿਗਰਾਨੀ ਹੇਠ ਜਿਹੜਾ ਹੈਗਾ ਉਹ ਇਹਨੂੰ ਇਨਵੈਸਟੀਗੇਟ ਕੀਤਾ ਕਾਫੀ ਥੋਰੋ ਇਨਵੈਸਟੀਗੇਟ ਕਰਨ ਤੋਂ ਬਾਅਦ ਟੈਕਨੀਕਲ ਐਵੀਡੈਂਸਿਸ ਦੀ ਕਾਫੀ ਹੈਲਪ ਇਹ 'ਚ ਸਾਨੂੰ ਮਿਲੀ ਹੈਗੀ ਅਤੇ ਉਹਦੇ ਕਰਕੇ ਜਿਹੜਾ ਅਲਟੀਮੇਟਲੀ ਅਸੀਂ ਇਹਨੂੰ 72 ਘੰਟਿਆਂ ਦੇ ਅੰਦਰ ਅੰਦਰ ਜਿਹੜਾ ਹੈਗਾ ਇਹਨੂੰ ਸੋਲਵ ਕਰਕੇ ਅਤੇ ਉੱਥੇ ਇਹਦਾ ਆਪਾਂ ਕੇਸ ਨੂੰ ਟਰੇਸ ਕੀਤਾ ਹੈਗਾ ਇਸ ਚੀਜ਼ ਦੀ ਉਮਰ ਲਗਭਗ 40-42-43 ਦੇ ਆਸ ਪਾਸ ਇਹਦਾ ਹੱਲ ਤਾਂ ਕੋਈ ਨਹੀਂ ਕ੍ਰਿਮੀਨਲ ਹਿਸਟਰੀ ਇਹਨਾਂ ਕੋਲ ਕੰਮ ਕਰਦੇ ਵੀ ਸ਼ਾਇਦ ਇਹਨੂੰ 5-4 ਸਾਲ ਹੋ ਗਏ ਹੈਗੇ ਹਾਂ 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 ਇਹਨਾਂ ਕੋਲ ਰਹਿ ਰਿਹਾ ਹੈਗਾ ਇਹਦਾ ਬ੍ਰਦਰ ਵੀ ਇਹਨਾਂ ਕੋਲ ਕੰਮ ਕਰ ਰਿਹਾ ਹੈਗਾ ਉਹ ਇੱਕ ਦੇਖੋ ਇਸੀ ਕਰਕੇ ਕੇਸ ਬੜਾ ਗੁੰਝਲਦਾਰ ਸੀਗਾ ਕਿਉਂਕਿ ਉਹ ਬੰਦਾ ਜਿਹੜਾ ਕ੍ਰਾਈਮ ਕਰਨ ਵਾਲਾ ਹੈਗਾ ਉਹ ਬਜਿਆ ਨਹੀਂ ਕਿੱਥੇ ਹੈ ਨਾ ਜੀ ਉਹ ਉੱਥੇ ਹੀ ਬੈਠਿਆ ਰਿਹਾ ਉੱਥੇ ਹੀ ਉਹਨੇ ਈਵਨ ਆਪਣੇ ਬ੍ਰਦਰ ਨੂੰ ਦੱਸ ਕੇ ਉਹਨੇ ਇਨਫੋਰਮ ਕਰਵਾਇਆ ਹੈ ਨਾ ਜੀ ਅਤੇ ਬਟ ਕਿਉਂਕਿ ਤੁਹਾਨੂੰ ਪਤਾ ਕ੍ਰਿਮੀਨਲ ਕ੍ਰਾਈਮ ਕਰਦੇ ਹੋਏ ਕੁਛ ਇਸ ਤਰੀਕੇ ਦੇ ਕੇਸਿਸ ਜਿਹੜੇ ਉਹ ਆਪਣੇ ਐਵੀਡੈਂਸ 'ਚ ਛੱਡ ਜਾਂਦਾ ਹੈਗਾ ਜਿਸ ਕਰਕੇ ਉਹ ਪੁਲਿਸ ਨੂੰ ਲੀਡਸ ਮਿਲਦੀ ਹੈਗੀ ਨਾ 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 ਬ੍ਰਦਰ ਦੀ ਕੋਈ ਸਹੂਲਤ ਨਹੀਂ ਹੈਗੀ ਅਤੇ ਇਹਨੂੰ ਫਿਰ ਗ੍ਰਿਫਤਾਰ ਕੀਤਾ ਸਾਡੀ ਟੀਮ ਨੇ ਅਤੇ ਗ੍ਰਿਫਤਾਰ ਕਰਕੇ ਹੁਣ ਅਸੀਂ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ